ਜਨਰੇਟਰ ਛੱਡਦੇ ਸਮੇਂ ਮੁੰਡੇ ਨੂੰ ਲੱਗਿਆ ਕਰੰਟ, ਮੌਕੇ ਤੇ ਹੀ ਹੋਈ 22 ਸਾਲਾ ਨੌਜਵਾਨ ਦੀ ਮੌਤ, ਤਾਹਾਂ ਮਾਰ ਮਾਰ ਕੇ ਰੋ ਰਹੀ ਮੁੰਡੇ ਦੀ ਮਾਂ। ਤਾਂ ਦੱਸਦੇ ਕਿ ਫੈਕਟਰੀ ਦੇ ਵਿੱਚ ਅਚਾਨਕ ਲਾਈਟ ਚਲੀ ਜਾਂਦੀ ਹੈ ਤਾਂ ਜਨਰੇਟਰ ਛੱਡਣ ਦੇ ਲਈ ਮੁੰਡਾ ਜਦ ਜਾਂਦਾ ਹੈ ਤਾਂ ਉਸਨੂੰ ਮੌਕੇ ਤੇ ਕਰੰਟ ਲੱਗ ਜਾਂਦਾ ਹੈ, ਜਿਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਉਸਦੇ ਘਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇਸ 22 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਤਾਂ ਦੱਸਦੇ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ 22 ਸਾਲ ਦੇ ਮੁੰਡੇ ਨੂੰ ਕਰੰਟ ਲੱਗ ਗਿਆ ਤੇ ਉਸਦੀ ਮੌਤ ਹੋ ਗਈ, ਤੇ ਹੁਣੇ ਆਪਣੇ ਪਿੱਛੇ ਪਤਨੀ ਅਤੇ 2 ਛੋਟੇ ਛੋਟੇ ਬੱਚੇ ਛੱਡ ਗਿਆ। ਤਾਂ ਹੁਣ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਇਹ ਪਿਛਲੇ 5 ਸਾਲ ਤੋਂ ਉੱਥੇ ਹੀ ਕੰਮ ਕਰ ਰਿਹਾ ਸੀ। ਤਾਂ ਬੜੇ ਹੀ ਦਰਦਨਾਕ ਹਾਦਸਾ ਹੋਇਆ, ਜਿੱਥੇ ਜਨਰੇਟਰ ਛੱਡਣ ਲਈ ਜਦੋਂ ਇਹ ਨੌਜਵਾਨ ਜਾਂਦਾ ਹੈ ਤਾਂ ਉਸਨੂੰ ਕਰੰਟ ਲੱਗ ਜਾਂਦਾ। ਤਾਂ ਕਿਵੇਂ ਇਸਨੂੰ ਕਰੰਟ ਲੱਗਿਆ, ਫਿਲਹਾਲ ਇਸਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਸੀ ਤੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ। ਤਾਂ ਦੱਸਦੇ ਕਿ ਆਪਣੇ ਪਿੱਛੇ ਇਹ ਪਤਨੀ ਅਤੇ ਛੋਟੇ ਛੋਟੇ ਬੱਚੇ ਛੱਡ ਗਿਆ। ਤਾਂ ਤਸਵੀਰਾਂ 'ਚ ਵੇਖ ਸਕਦੇ ਹੋ 22 ਸਾਲ ਦਾ ਨੌਜਵਾਨ ਸੀ, ਬਹੁਤ ਛੋਟੀ ਉਮਰ ਸੀ ਤੇ ਪਿਛਲੇ 5 ਸਾਲਾਂ ਤੋਂ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਸੀ। ਤਾਂ ਜਨਰੇਟਰ ਛੱਡਣ ਦੇ ਲਈ ਜਾਂਦਾ ਹੈ ਤਾਂ ਉਸ ਸਮੇਂ ਇਸ ਨੂੰ ਕਰੰਟ ਲੱਗ ਜਾਂਦਾ ਹੈ ਤੇ ਇਸਦੀ ਮੌਤ ਹੋ ਜਾਂਦੀ ਹੈ। ਕਹਿਣਾ ਹੈ ਕਿ ਛੋਟੇ ਛੋਟੇ ਬੱਚੇ ਹੈ, ਮਾਲਕ ਤਰਫ ਸੇ ਜੋ ਬਨਤਾ ਹੈ ਉਹ ਕਰੇ, ਉਹ ਧੱਕੇ ਸਾਈ ਕਰਕੇ ਪੋਸਟਮਾਰਟਮ ਕਰਾਉਣ ਲੈ ਕੇ ਜਾ ਰਹੇ ਹਾਂ, ਜੋ ਕਿ ਐਸਾ ਹੋਣੇ ਨਹੀਂ ਦੇਗੇ ਹਮ ਲੋਕ, ਠੀਕ ਹੈ ਕਿ ਨਹੀਂ। ਉਹ ਛੋਟੇ ਛੋਟੇ ਬੱਚੇ ਉਨਕੇ ਉਨਕੇ ਉਪਰ ਖਿਆਲ ਕੀਤੀ ਹੈ। ਲੜਕੇ ਦੀ ਕਿੰਨੀ ਉਮਰ ਸੀ? ਲੜਕੇ ਦੀ ਉਮਰ 22 ਸਾਲ ਸੀ ਤਕਰੀਬਨ। ਅੱਛਾ ਜੀ, ਕਿੰਨੀ ਦੇਰ ਤੋਂ ਕੰਮ ਕਰ ਰਹੀ ਉੱਥੇ? 5-6 ਸਾਲ ਤੋਂ ਕਹਿੰਦੇ ਕੰਮ ਕਰਦੇ ਸੀ ਜੀ। ਕਰੰਟ ਕਿਵੇਂ ਲੱਗਾ ਪਤਾ ਲੱਗਾ? ਜਨਰੇਟਰ ਸਟਾਰਟ ਕਰਨ ਗਿਆ ਸੀ, ਉੱਪਰ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਉਹ ਤੋਂ ਰੱਬ ਜਾਣੇ। ਅੱਛਾ ਜੀ, ਤੀਜੀ ਮੰਜ਼ਿਲ ਦਾ ਜਨਰੇਟਰ ਹੈ ਜੀ 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 ਫੈਕਟਰੀ ਦੇ ਵਿੱਚ ਹੀ ਬੈਠੇ ਹੋਏ ਬੱਚੇ ਦੱਸੋ ਫੈਕਟਰੀ ਮਾਲਕ ਕੀ ਕਹਿ ਰਿਹਾ? ਫੈਕਟਰੀ ਮਾਲਕ ਕੋਈ ਗੱਲ ਕਰਕੇ ਰਾਜੀ ਨਹੀਂ ਹੈ ਜੀ। ਕਿੰਨੇ ਵਜੇ ਦੀ ਘਟਨਾ ਹੈ? ਹਾਂਜੀ, 1 ਵਜੇ ਤਕਰੀਬਨ, 1:30 ਕੀ ਦੀ ਗੱਲ ਹੈ। ਮੌਕੇ ਦੀ ਕੋਈ ਸੀਸੀਟੀਵੀ ਵਗੈਰਾ ਹੈ? ਪਤਾ ਨਹੀਂ ਜੀ, ਸਾਨੂੰ ਨਹੀਂ ਪਤਾ। ਪ੍ਰਸ਼ਾਸਨ ਤੋਂ ਕੀ ਮੰਗ ਹੈ ਹੁਣ? ਪ੍ਰਸ਼ਾਸਨ ਤੋਂ ਮੰਗ ਇਹੀ ਹੈ ਕਿ ਇਹਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ ਤੇ ਇਹਨਾਂ ਦੀ ਜੋ ਮੁਆਵਜ਼ਾ ਬਣਦੀ ਹੈ ਕਿਰਪਾ ਕਰਕੇ ਇਹਨਾਂ ਦੇ ਮੁਆਵਜ਼ੇ ਦੀ ਲਾਈ ਜਾਵੇ। ਫੈਕਟਰੀ ਮਾਲਕ ਦਾ ਕੀ ਨਾਮ ਹੈ ਔਰ ਫੈਕਟਰੀ ਦਾ ਕੀ ਨਾਮ ਹੈ? ਦੇਖੋ ਜੀ, ਸਾਨੂੰ ਇਹਨਾਂ ਨਹੀਂ ਪਤਾ ਹੈਗਾ, ਇਹਨਾਂ ਨੂੰ ਮੁੰਡਿਆਂ ਨੂੰ ਪਤਾ ਹੈਗਾ। ਬੱਚੇ ਕਿੰਨੇ ਬੱਚੇ? ਇਹ ਡਾਬਾ ਰੋਡ ਦੀ ਗੱਲ ਹੈ ਜੀ। ਮੁੰਡੇ ਦੇ ਕਿੰਨੇ ਬੱਚੇ? 2 ਬੱਚੇ ਨੇ, ਦੋਨੋਂ ਕੁੜੀਆਂ ਨੇ ਜੀ। 2 ਕੁੜੀਆਂ ਜੀ, 2 ਕੁੜੀਆਂ ਜੀ, ਛੋਟੀਆਂ ਛੋਟੀਆਂ ਨੇ ਜੀ, 1.5 ਸਾਲ ਦੀ, 1 ਅਭੀ। ਫੈਕਟਰੀ ਦਾ ਨਾਮ ਤਾਂ ਪਤਾ ਹੋਗਾ ਕਿ ਕੀ ਹੈ? ਗੱਤੇ ਵਾਲੀ ਫੈਕਟਰੀ ਹੈ। ਗੱਤੇ ਵਾਲੀ ਫੈਕਟਰੀ ਹੈ ਕੋਈ ਜੀ? ਗੱਤੇ ਵਾਲੀ ਫੈਕਟਰੀ ਜੀ ਜੀ ਜੀ। ਮਾਲਕ ਦਾ ਨਾਮ ਜਾਣਦਾ ਕੋਈ? ਨਹੀਂ ਨਹੀਂ ਜੀ, ਕੋਈ ਨਹੀਂ ਮਾਲਕ ਦਾ ਨਾਮ ਪਤਾ ਕਰਕੇ ਆਓ ਇਹ ਬਤਾ ਦੇ। ਮਾਲਕ ਅੰਦਰ ਹੀ ਹੈ ਜੀ। ਗੱਤੇ ਲਾਈਨ ਮੇਂ ਕੰਮ ਕਰ ਰਹੇ ਤੇ ਉਸੇ ਮੇਂ ਲਾਈਨ ਮਾਰ ਦਿਆ ਉਨਕੋ। ਹੈ? ਗੱਤੇ ਲਾਈਨ ਮੇਂ ਕੰਮ ਕਰ ਰਹੇ ਤੇ ਲਾਈਨ ਮਾਰ ਦਿਆ। ਕਰੰਟ ਲਗਾ? ਹਾਂ, ਡੈਟ ਹੋ ਗਈ। ਹਾਂ, ਡੈਟ ਹੋ ਗਈ ਜੀ। ਮਾਤਾ ਜੀ ਪਹੁੰਚੇ ਆ, ਅਜੇ ਦੇਖਦੇ ਆ ਕੀ ਗੱਲਬਾਤ ਆ। ਅਜੇ ਮਾਤਾ ਠੀਕ ਨਹੀਂ ਹੈ, ਉਹਨੂੰ ਪੁੱਛ ਰਹੇ ਆ ਕੀ ਗੱਲ ਹੋਈ ਹੈ। ਤਾਂ ਦੱਸਿਆ ਜਾ ਰਿਹਾ ਜੀ ਕਰੰਟ ਲੱਗਣ ਨਾਲ ਮੌਤ ਹੀ ਫੈਕਟਰੀ ਕਰੰਟ ਲੱਗਣ ਨਾਲ ਦੱਸਿਆ ਮੌਤ ਹੋਈ ਹੈ। ਉਹੀ ਪਤਾ ਕਰਨ ਲੱਗੇ ਸੀ, ਉਹ ਚੱਕਰ ਜਿਹਾ ਆਉਣ ਲੱਗਾ, ਮਦਰ ਨੂੰ ਬਿਠਾ ਰਿਹਾ। ਨੌਜਵਾਨ ਦੀ ਕਿੰਨੀ ਕੁ ਉਮਰ? ਉਹਦੀ 22 ਸਾਲ ਦੱਸਦੇ ਆ। ਤੇ ਕਿਹਦੀ ਨੇ ਗੱਲ ਹੀ ਹੈਗੀ ਫੈਕਟਰੀ ਨੇ ਦੋਸ਼? ਨਹੀਂ, ਫੈਕਟਰੀ ਵਾਲਾ ਦੋਸ਼ ਨਹੀਂ ਹੈ, ਉਹ ਦੱਸਦੇ ਆ ਵੀ ਦੱਸਦੇ ਆ। ਕਰੰਟ ਲੱਗਿਆ ਕਿੱਦਾਂ? ਕਰੰਟ ਉਹ ਜਨਰੇਟਰ ਚਲਾਉਣ ਗਿਆ ਸੀ, ਉੱਤੇ ਤਾਰ ਤੂਰ ਲੱਗੀ ਹੋਣੀ ਹੈ, ਉਹਦੇ ਕਰਕੇ ਥੋੜ੍ਹਾ ਕਰੰਟ ਲੱਗਾ। ਕਿਸੇ ਨੇ ਵੀ ਨਹੀਂ ਦੇਖਿਆ, ਲੇਬਰ ਨੇ ਜਾ ਕੇ ਦੇਖਿਆ ਉੱਪਰ ਵੀ ਬੰਦਾ ਥੱਲੇ ਨਹੀਂ ਆਇਆ, ਇਸ ਕਰਕੇ ਉਹਨੇ ਜਾ ਕੇ ਦੱਸਿਆ ਫਿਰ ਮਾਲਕਾਂ ਨੂੰ ਵੀ ਇੱਦਾਂ ਕਰਕੇ ਗੱਲ ਹੋਈ ਹੈ, ਉਹ ਨਹੀਂ ਜਾ ਕੇ ਹੋਸਪਿਟਲ ਲੈਣ ਦਾ। ਬਿਨਾਂ ਪਰਮਿਸ਼ਨ ਤੋਂ ਫੈਕਟਰੀ ਵੀ ਚੱਲ ਰਹੀ ਹੈ, ਗੱਤੇ ਦੀ ਔਰ ਪਤਾ ਨਹੀਂ, ਇਹਦਾ ਦੇਖਿਆ ਨਹੀਂ, ਮੌਕਾ ਹੀ ਨਹੀਂ ਦੇਖਿਆ। ਹਾਂ, ਜਾਂਚ ਕਰਾਂਗੇ, ਮੌਕਾ ਦੇਖਾਂਗੇ। ਜਾਂ ਇੱਕ ਜਨਰੇਟਰ ਦੇ ਖਰਾਬ ਸੀ, ਇਹਨਾਂ ਨੂੰ ਠੀਕ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੇ, ਉਹ ਬੰਦੇ ਦੀ ਜਾਨ ਚਲੇ ਗਈ ਤੇ ਜਾਨ ਦਾ ਜ਼ਿੰਮੇਵਾਰ ਇਹ ਮੌਕਾ ਦੇਖੇ ਦੀ ਆਏ ਹੀ ਹੈ ਜੀ। ਮੌਕਾ ਦੇਖਾਂਗੇ ਜਾ ਕੇ ਫੈਕਟਰੀ 'ਚ ਕੀ ਗੱਲ ਹੋਈ ਹੈ, ਕਿੱਦਾਂ ਹੋਇਆ, ਕਿਹੜੇ ਥਾਣੇ ਦਾ ਮਾਮਲਾ ਜੀ ਇਹ? ਆਪਣੇ 6 ਨੰਬਰ ਦਾ। ਤੇ ਨਹੀਂ, ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮਤਲਬ ਮਾਲਕ ਦੀ ਗਲਤੀ ਨਹੀਂ ਹੈਗੀ? ਉਹੀ ਦੱਸਦੇ ਹੋ ਕਿ ਪਰਿਵਾਰ ਦੋਸ਼ ਲਾ ਰਹੀ ਸਾਡੇ ਵੀਰ ਕੋਲ, ਪਰਿਵਾਰ ਨੇ ਦੋਸ਼ ਲਾਇਆ, ਦੋਸ਼ ਨਹੀਂ ਲਾਇਆ ਉਹਨੇ, ਪਰਿਵਾਰ ਨੇ ਕਿਹਾ ਵੀ ਸਾਡੇ ਮਾਲਕ ਵਧੀਆ। ਕੈਮਰੇ 'ਚ ਬੋਲੇ ਨਹੀਂ ਸਾਡੇ? ਨਹੀਂ, ਤੁਸੀਂ ਕਿਵੇਂ ਜਸਟੀਫਾਈ ਕਰਦੇ ਹੋ? ਉਹ ਤਾਂ ਉਹਦੀ
ਮਾਤਾ ਨੇ ਕਿਹਾ, ਉਹਦੀ ਘਰ ਵਾਲੀ ਨੇ ਕਿਹਾ, ਬੱਚਿਆਂ ਨੇ ਕਿਹਾ, ਉਹਨਾਂ ਦੇ ਇਹਦੇ ਵੀ ਦੋਸ਼ ਲਾ ਰਹੇ ਨੇ। ਹੁਣ ਉਹ ਪੁੱਛ ਲਓ ਦੋਸ਼ ਲਾ ਲੈ, ਤੁਸੀਂ ਕਿਵੇਂ ਜਸਟੀਫਾਈ ਕਰਦੇ ਹੋ ਕਿ ਉਹਨਾਂ ਨੂੰ ਇਹ ਪੁੱਛ ਗਿਆ? ਇੰਨੀ ਦੁਨੀਆ ਵਿੱਚ ਪੁੱਛੀ ਜਾਂਚ ਤੋਂ ਪਹਿਲਾਂ ਹੀ ਮਤਲਬ ਜਸਟੀਫਾਈ ਕਰੀ ਇਹਨੂੰ ਗਲਤੀ ਨਹੀਂ? ਉਹਨਾਂ ਨੂੰ ਪੁੱਛਿਆ ਵੀ ਦੋਸ਼ ਹੈ ਤੁਹਾਡੇ ਮਾਲਕਾਂ ਦਾ, ਉਹ ਕਹਿੰਦੇ ਸਾਡੇ ਮਾਲਕਾਂ ਦਾ ਕੋਈ ਦੋਸ਼ ਨਹੀਂ ਆ, ਅਚਾਨਕ ਹੀ ਹੋਇਆ। ਤੁਸੀਂ ਹੁਣ ਕਹਿ ਰਹੇ ਹੋ ਮੈਂ ਹੁਣੇ ਆ ਤੇ ਹੁਣ ਜਸਟੀਫਾਈ ਵੀ ਕਰਦਾ? ਉਹ ਜਸਟੀਫਾਈ, ਉਹਦਾ ਇਹੀ ਗੱਲ ਪੁੱਛੀ ਹੈ ਵੀ ਕੋਈ ਕੰਪਲੇਂਟ ਹੈ ਮਾਲਕਾਂ ਨਾਲ, ਕੋਈ ਗੱਲਬਾਤ ਹੈ? ਉਹ ਜੇ ਜਾਣਾ ਇਹ ਪਤਾ, ਇਹ ਤਾਂ ਦੇਖਣ ਹੀ ਆਇਆ ਕੀ ਗੱਲ ਹੋਈ ਹੈ। ਬਕਾਇਦਾ ਹੋ ਗਈ ਫੈਕਟਰੀ ਦਾ ਨਾਮ ਕੀ ਹੈ ਜੀ, ਕੋਈ ਜਾਣਕਾਰੀ ਹੈਗੀ ਤੁਹਾਨੂੰ? ਉਹ ਬ੍ਰਦਰ ਨਹੀਂ ਜਾਣਕਾਰੀ, ਹਜੇ ਕੋਈ ਨਹੀਂ ਜਾਣਕਾਰੀ, ਕੋਈ ਨਾਂ ਨਹੀਂ, ਫਿਰ ਕਿੱਦਾਂ ਚਲਾ ਰਹੇ ਆ ਫੈਕਟਰੀ? ਪਤਾ ਲੱਗੂਗਾ ਹੁਣ, ਤਾਂ ਆਏ ਹਜੇ ਪਹੁੰਚੇ ਹੀ ਆ ਜੇ ਤਾਂ।